सेकेंडरी मेमोरी तो की भावे है उस दी मुख किस्मां केड़ियां केड़ियां ने सेकेंडरी मेमोरी की चीज होंदी है यानी कि जिहड़ी अपनी प्राइमरी मेमोरी सीगी जिहड़ी मुढ़ली मेमोरी सीगी उसका जिहड़ा स्टोरेज साइज सीगा बहुत छोटा हुंदा है इस दी वरतों आपां सिर्फ जो प्रोग्राम नूं स्टार्ट करते हैं उदों ही की जाती सी पर यह टैंपरेरी होंदी सीगी इस लई जदों आपां नूं किसी भी इनफॉर्मेशन नूं किसी भी डेटे नूं परमानेंटली संभाल के रखने दे लई सानू एक ऐसी मैमरी की लोड़ पई जिस दे नाल कि डाटे नूं आपां परमानेंटली स्टोर करके रख सकीए उस दे नाल ही अपनी जिहड़ी है सेकेंडरी मैमरी की डिवेलपमेंट हुई इस मैमरी नूं आपां बैकअप मैमरी स्लो मैमरी या सेकेंडरी स्टोरेज डिवाइसिज भी कहिंदे आ नैक्सट तड़ा आ जांदा हैगा कि जिहड़ा है जिहड़ी इस नूं आपां गौण मैमरी भी कहिंदे आ इसका प्रयोग जिहड़ा इस दी वरतों आपां अजिहियां हदायतां या डेटा या एक्टिविटीज नूं संभाल के रखण दे लई करदे आ जिन्हां दी आपां नूं फ्यूचर दे विच लोड़ हुंदी है पर जिहड़ी आपां नूं जिहड़ी आपां कह सकदे आ कि जिन्हां दी लोड़ आपां नूं आने वाले समय दे विच हुंदी है तां उस डेटे नूं स्टोर करके रखण दे लई आपां नूं स्टोर जिहड़ा है सेकेंडरी मैमरी दी लोड पैंदी है सेकेंडरी मैमरी नूं तुसीं दो हिस्सों दे विच डिवाइड कर सकदे हो मैगनेटिक स्टोरेज ते ऑप्टिकल स्टोरेज मैगनेटिक स्टोरेज की है फ्लॉपी डिस्क हार्ड डिस्क मैगनेटिक ड्रम मैगनेटिक टेप ते ऑप्टिकल स्टोरेज हैगी है कंपैक्ट डिस्क सीडी जिसनूं आपां कहिंदे आ फिर अगे सीडी रोम सीडीआर या सीडी आरडब्ल्यू डीवीडी ते डीवीडी रोम सब तो पहला आपां हुण आपां इन्हां दे विच करांगे मैगनेटिक स्टोरेज मैगनेटिक स्टोरेज जिहड़ी है रैंडम एक्सेस दी सहूलत सानू बहुत जिहड़ी है ज्यादा मात्रा दे विच बड़ी ही जिहड़ा है डाटे नूं ईजीली स्टोर करन दे लई सानू फैसिलिटी प्रोवाइड करदी है जदों जिहड़ा है मैगनेटिक हुंदा हैगा मैगनेट ਜਦੋਂ ਆਪਾਂ ਆਇਰਨ ਦੇ ਕਣਾਂ ਨੂੰ ਜਿਹੜੇ ਆਇਰਨ ਲੋਹੇ ਹੁੰਦੇ ਆ ਉਸਦੇ ਜਿਹੜੇ ਕਣ ਹੁੰਦੇ ਆ ਉਹਨਾਂ ਨੂੰ ਮੈਗਨੈਟਿਕ ਸਟੋਰੇਜ ਦੇ ਉੱਪਰ ਲਗਾਇਆ ਜਾਂਦਾ ਹੈਗਾ ਤਾਂ ਉਸ ਸਮੇਂ ਡਾਟਾ ਰਿਕਾਰਡ ਹੋ ਜਾਂਦਾ ਹੈਗਾ ਮੈਗਨੈਟਿਕ ਜਿਹੜਾ ਹੈ ਉਹਦੇ ਵਿੱਚ ਅਲੱਗ ਅਲੱਗ ਕਿਸਮਾਂ ਆ ਜਾਂਦੀਆਂ ਹੈਗੀਆਂ ਫਸਟ ਜਿਹਦੇ ਵਿੱਚ ਆਉਂਦੀ ਹੈ ਤੁਹਾਡੀ ਐਫ ਡੀ ਫਲੋਪੀ ਡਿਸਕ ਐਫ ਡੀ ਜਿਸਨੂੰ ਆਪਾਂ ਕਹਿੰਦੇ ਹਾਂ ਫਲੋਪੀ ਡਿਸਕ ਅਜਿਹੇ ਜਿਹੜੇ ਨੇ ਕੰਪਿਊਟਰ ਉਪਕਰਨ ਹੁੰਦੇ ਨੇ ਇਕਿਉਪਮੈਂਟ ਹੁੰਦੇ ਹੈ ਜਿਨ੍ਹਾਂ ਦਾ ਪ੍ਰਯੋਗ ਆਪਾਂ ਡਾਟੇ ਨੂੰ ਇਨਫੋਰਮੇਸ਼ਨ ਨੂੰ ਜਾਂ ਪ੍ਰੋਗਰਾਮਸ ਨੂੰ ਸਟੋਰ ਕਰਨ ਦੇ ਲਈ ਕੀਤਾ ਜਾਂਦਾ ਹੈਗਾ ਇਹ ਬਹੁਤ ਹੀ ਜਿਹੜੀਆਂ ਨੇ ਥਿਨ ਪਤਲੀਆਂ ਫਲੈਕਸੀਬਲ ਡਿਸਕ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਮੈਗਨੈਟਿਕਸ ਜਿਹੜੇ ਨੇ ਕਣਾਂ ਦਾ ਲੇਪ ਲੱਗਿਆ ਹੋਇਆ ਹੁੰਦਾ ਹੈਗਾ ਇਹ ਜਿਹੜੀਆਂ ਨੇ ਫਲੈਕਸੀਬਲ ਪਲਾਸਟਿਕ ਦੇ ਮਟੀਰੀਅਲ ਤੋਂ ਬਣੀਆਂ ਹੋਈਆਂ ਹੁੰਦੀਆਂ ਨੇ ਪਲਾਸਟਿਕ ਮਟੀਰੀਅਲ ਦੇ ਉੱਪਰ ਜਿਹੜਾ ਹੈ ਜਿਹੜੀ ਇਹ ਫਲੋਪੀ ਡਿਸਕ ਹੁੰਦੀ ਹੈ ਉਸਦੇ ਉੱਪਰ ਆਇਰਨ ਆਕਸਾਈਡ ਵਰਗੀ ਜਿਹੜੀ ਹੈ ਇੱਕ ਰਿਕਾਰਡਿੰਗ ਪਦਾਰਥ ਮਟੀਰੀਅਲ ਲੱਗਿਆ ਹੁੰਦਾ ਹੈਗਾ ਜਿਹੜਾ ਜਿਸ ਦੇ ਵਿੱਚ ਡਾਟਾ ਜਿਹੜਾ ਹੈ ਛੋਟੀਆਂ ਛੋਟੀਆਂ ਜਿਹੜੀਆਂ ਕਿ ਆਪਾਂ ਨੂੰ ਨਹੀਂ ਦਿਖ ਰਹੀਆਂ ਜਿਹੜੀਆਂ ਮੈਗਨੈਟਿਕ ਪੁਆਇੰਟਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਜਾ ਕੇ ਸਟੋਰ ਹੋ ਜਾਂਦਾ ਹੈਗਾ ਆਮ ਤੌਰ 'ਤੇ ਜਿਹੜੀਆਂ ਫਲੋਪੀ ਡਿਸਕ ਹੈ ਉਹ 5.25 ਇੰਚ ਅਤੇ 3.5 ਇੰਚ ਦੇ ਸਾਈਜ਼ ਦੇ ਵਿੱਚ ਆਉਂਦੀਆਂ ਸੀਗੀਆਂ ਇਸ ਨੂੰ ਆਪਾਂ ਜਿਹੜੀਆਂ ਫਲੋਪੀ ਡਿਸਕ ਹੈ ਉਹਨਾਂ ਨੂੰ ਫਲੋਪੀ ਡਰਾਈਵ ਦੇ ਵਿੱਚ ਹੀ ਚਲਾਇਆ ਜਾ ਸਕਦਾ ਹੈਗਾ ਇਹ ਜਿਹੜੀਆਂ ਨੇ ਫਲੋਪੀ ਡਰਾਈਵ ਜਿਹੜੀਆਂ ਨੇ ਫਲੋਪੀ ਡਿਸਕ ਨੇ ਇਹ ਜਿਹੜੀਆਂ ਪੜ੍ਹਨ ਜਾਂ ਲਿਖਣ ਦੋਨਾਂ ਦੇ ਕੰਮ ਕਰਨ ਦੇ ਲਈ ਵਰਤੀਆਂ ਜਾਂਦੀਆਂ ਨੇ ਹੈਂਡੀ ਹੁੰਦੀਆਂ ਨੇ ਅਤੇ ਇਸ ਦੀਆਂ ਕੁਛ ਜਿਹੜੀਆਂ ਨੇ ਫੀਚਰਸ ਕੀ ਨੇ ਕਿ ਇਸਨੂੰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ ਇਸਨੂੰ ਆਊਟਪੁੱਟ ਅਤੇ ਇਨਪੁੱਟ ਅਤੇ ਆਊਟਪੁੱਟ ਦੋਨਾਂ ਦੇ ਲਈ ਵੀ ਵਰਤਿਆ ਜਾ ਸਕਦਾ ਹੈਗਾ ਇਸ ਵਿੱਚ ਡਾਟਾ ਜਿਹੜਾ ਹੈਗਾ ਪੜ੍ਹਿਆ ਵੀ ਜਾ ਸਕਦਾ ਅਤੇ ਲਿਖਿਆ ਵੀ ਜਾ ਸਕਦਾ ਔਰ ਇਹ ਸਟੋਰੇਜ ਦਾ ਸਭ ਤੋਂ ਸਸਤਾ ਜਿਹੜਾ ਹੈਗਾ ਮਾਧਿਅਮ ਹੈਗਾ ਨੈਕਸਟ ਆ ਜਾਂਦੀ ਹੈ ਤੁਹਾਡੀ ਹਾਰਡ ਡਿਸਕ ਹਾਰਡ ਡਿਸਕ ਜਿਹੜਾ ਹੈਗਾ ਮੇਨ ਸਟੋਰੇਜ ਪਾਰਟ ਹੁੰਦਾ ਹੈਗਾ ਇਸ ਨੂੰ ਆਪਾਂ ਸ਼ਾਰਟ ਰੂਪ ਦੇ ਵਿੱਚ ਐਚ ਡੀ ਵੀ ਕਹਿੰਦੇ ਹਾਂ ਹਾਰਡ ਡਿਸਕ ਦਾ ਪ੍ਰਯੋਗ ਸਭ ਤੋਂ ਪਹਿਲਾਂ
13 सितंबर 1956 ਨੂੰ ਕੀਤਾ ਗਿਆ ਸੀ। ਇਹ ਇੱਕ ਜਿਹੜੀ ਆਪਾਂ ਕਹਿੰਦੇ ਆ ਫਿਕਸਡ ਡਰਾਈਵ ਹੈ, ਇਸ ਨੂੰ ਹਾਰਡ ਡਿਸਕ ਡਰਾਈਵ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਹੈ। ਇਸ ਨੂੰ ਇੰਟਸਟਰ ਡਿਸਕ ਵੀ ਕਿਹਾ ਜਾਂਦਾ ਹੈਗਾ। ਹਾਰਡ ਡਿਸਕ ਡਰਾਈਵ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਮੈਗਨੈਟਿਕ ਜਿਹੜੀ ਹੈ ਐਕਟਿਵ ਮਟੀਰੀਅਲ ਵਾਲੀ ਕੱਚ ਦੀਆਂ ਜਾਂ ਐਲਮੀਨੀਅਮ ਦੀਆਂ ਕੁਛ ਤਸ਼ਤਰੀਆਂ ਜਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਟਰੈਕ ਜਾਂ ਸੈਕਟਰਸ ਬਣੇ ਹੋਏ ਹੁੰਦੇ ਨੇ। ਹਰੇਕ ਜਿਹੜੀ ਹੈ ਤਸ਼ਤਰੀ ਦੇ ਉੱਤੇ ਜਿਹੜਾ ਹੈ ਉੱਪਰ ਇੱਕ ਆਪਾਂ ਕਹਿੰਦੇ ਹਾਂ ਕਿ ਹਸਤਾਂਤਰਣ ਯੋਗ ਚੇਂਜੇਬਲ ਜਿਸਨੂੰ ਟਰਾਂਸਫਰੇਬਲ ਜਿਹੜਾ ਹੈ ਲੀਡ ਦੇ ਨਾਲ ਜੁੜਿਆ ਹੋਇਆ ਹੁੰਦਾ ਹੈਗਾ ਜਾਂ ਹੈੱਡ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਜਿਹੜਾ ਇਹ ਹੈੱਡ ਹੈ ਪੜ੍ਹਨ ਜਾਂ ਲਿਖਣ ਦੇ ਕੰਮ ਆਉਂਦਾ ਹੈਗਾ। ਜਿਹੜਾ ਟੋਕਰੀ ਜੀ ਹੁੰਦੀ ਹੈ ਜਿਸਨੂੰ ਤਸ਼ਤਰੀ ਆਪਾਂ ਕਹਿੰਦੇ ਹਾਂ, ਤੇ ਹੈੱਡ ਦੇ ਵਿੱਚ ਅੰਤਰ ਬਹੁਤ, ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਬਹੁਤ ਜ਼ਿਆਦਾ ਘੱਟ ਹੁੰਦਾ ਹੈਗਾ। ਡਿਸਕ ਦੀ ਜਿਹੜੀ ਹੈ ਕਪੈਸਿਟੀ ਦੇ ਬੇਸ ਤੇ ਜਿਹੜੀ ਹੈ ਇਹ ਜਿਹੜੀਆਂ ਟੋਕਰੀਆਂ ਹੈਗੀਆਂ ਇਹਨਾਂ ਦੀਆਂ ਸੰਖਿਆ ਘੱਟ ਵੀ ਹੋ ਸਕਦੀਆਂ ਤੇ ਵੱਧ ਵੀ ਹੋ ਸਕਦੀਆਂ ਹੈਗੀਆਂ। ਹਾਰਡ ਡਿਸਕ ਨੂੰ ਕੰਪਿਊਟਰ ਦੇ ਅੰਦਰ ਲਗਾਇਆ ਜਾਂਦਾ ਹੈਗਾ। ਇਸਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਹੜੀ ਸਟੋਰੇਜ ਕਪੈਸਿਟੀ ਹੁੰਦੀ ਹੈ 20 GB ਤੱਕ ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈਗੀ। ਥਰਡ ਤੁਹਾਡਾ ਆ ਜਾਂਦਾ ਹੈ ਮੈਗਨੈਟਿਕ ਡਿਸਕ। ਮੈਗਨੈਟਿਕ ਡਿਸਕ ਨੂੰ ਆਪਾਂ ਡਿਸਕਿਟ, ਇਹ ਤੁਹਾਨੂੰ ਇੱਕ ਇੱਕ ਨੰਬਰ ਵਾਲੇ ਕੁਸ਼ਚਨ ਆ ਸਕਦੇ ਹਾਂ ਕਿ ਮੈਗਨੈਟਿਕ ਡਿਸਕ ਨੂੰ ਆਪਾਂ ਕੀ ਕਹਿੰਦੇ ਹਾਂ। ਮੈਗਨੈਟਿਕ ਡਿਸਕ ਨੂੰ ਡਿਸਕਿਟ ਵੀ ਕਿਹਾ ਜਾਂਦਾ ਹੈ। ਇਸਦੇ ਲਈ ਕਈ ਰੂਪ ਨੇ ਜਿਹੜੀ ਜਿਹਨਾਂ ਦੇ ਵਿੱਚ ਮੈਗਨੈਟਿਕ ਡਿਸਕ ਦੇ ਵਿੱਚ ਤੁਹਾਡੀਆਂ ਫਲੋਪੀ ਡਿਸਕ, ਹਾਰਡ ਡਿਸਕ, ਡਿਸਕ ਡਰਾਈਵ, ਡਿਸਕ ਪੈਕ, ਇਹ ਸਾਰਾ ਕੁਛ ਤੁਹਾਡਾ ਮੈਗਨੈਟਿਕ ਡਿਸਕ ਦੇ ਵਿੱਚ ਹੀ ਆ ਜਾਂਦਾ ਹੈਗਾ। ਡਿਸਕ ਸ਼ਬਦ ਤੋਂ ਭਾਵ ਕੀ ਹੈ ਕਿ ਕੰਪਿਊਟਰ ਪ੍ਰਣਾਲੀ ਦੇ, ਕੰਪਿਊਟਰ ਸਿਸਟਮ ਦੇ ਸਟੋਰੇਜ ਡਿਵਾਈਸਿਸ ਤੋਂ ਹੈ। ਇਹ ਇੱਕ ਘੁੰਮਣ ਵਾਲਾ ਜਿਹੜਾ ਹੈ ਡਿਵਾਈਸ ਹੁੰਦੀ ਹੈ ਜਿਸ ਵਿੱਚ ਕੋਈ ਵੀ ਡਾਟਾ, ਇਨਫੋਰਮੇਸ਼ਨ ਜਾਂ ਆਪਣੇ ਲਿਖਣ ਪੜ੍ਹਨ ਵਾਲਾ ਹੈੱਡ ਹੁੰਦਾ ਹੈਗਾ। ਔਰ ਇਸਦੀ ਜਿਹੜੀ ਸਟੋਰੇਜ ਕਪੈਸਿਟੀ ਹੈਗੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਜ਼ਿਆਦਾ ਹੁੰਦੀ ਹੈਗੀ। ਨੈਕਸਟ ਤੁਹਾਡਾ ਆ ਜਾਂਦਾ ਹੈ ਮੈਗਨੈਟਿਕ ਟੇਪ। ਮੈਗਨੈਟਿਕ ਟੇਪ ਜਿਹੜੀ ਹੈ ਕੀ ਹੁੰਦੀ ਹੈ, ਮੈਗਨੈਟਿਕ ਟੇਪ ਸਿਰਫ ਜਿਹੜੀ ਹੈ ਸੀਕੁਐਂਸ ਵਾਈਜ ਡਾਟੇ ਨੂੰ ਐਕਸੈਸ ਕਰਨ ਦੇ ਲਈ ਕੰਮ ਆਉਂਦੀ ਹੈਗੀ ਹੈ। ਤੇ ਇਹ ਜਿਹੜਾ ਹੈ ਬੈਕਅਪ ਦੇ ਲਈ ਵੀ ਯੂਜ ਹੁੰਦੀ ਹੈ। ਇਹ ਇੱਕ ਸਪੈਸ਼ਲ ਕਿਸਮ ਦੀ ਟੇਪ ਹੁੰਦੀ ਹੈ ਜਿਸ ਦੇ ਵਿੱਚ ਮੈਗਨੈਟਿਕ ਇਨਫੋਰਮੇਸ਼ਨ ਨੂੰ ਸਟੋਰ ਕੀਤਾ ਜਾ ਸਕਦਾ ਹੈਗਾ। ਕੋਈ ਵੀ ਪੁਰਾਣੀ ਇਨਫੋਰਮੇਸ਼ਨ ਦੀ ਥਾਂ ਜੇ ਆਪਾਂ ਮਤਲਬ ਇਹਨੂੰ ਇਹ ਇਰੇਜ ਕਰ ਸਕਦੇ ਹਾਂ, ਪੁਰਾਣੀ ਇਨਫੋਰਮੇਸ਼ਨ ਦੀ ਥਾਂ ਤੇ ਕੋਈ ਵੀ ਨਵੀਂ ਇਨਫੋਰਮੇਸ਼ਨ ਨੂੰ ਰਿਕਾਰਡ ਕਰਕੇ ਮਿਟਾਇਆ ਜਾ ਸਕਦਾ ਹੈਗਾ। ਇਹ ਟੇਪ ਪਲਾਸਟਿਕ ਦੀ ਬਣੀ ਹੋਈ ਹੁੰਦੀ ਹੈ, ਇਸ ਦੇ ਉੱਪਰ ਮੈਟੈਲਿਕ ਮੈਗਨੈਟਿਕ ਆਕਸਾਈਡ ਦੀ ਪਰਤ ਹੁੰਦੀ ਹੈ। ਔਰ ਇਹ ਜਿਹੜੀਆਂ ਟੇਪਸ ਨੇ 50 ਤੋਂ 2400 ਫੁੱਟ ਲੰਬੀਆਂ ਰੀਲਾਂ ਦੇ ਵਿੱਚ, ਜਿਵੇਂ ਤੁਹਾਡੀਆਂ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਜਿਹੜੀਆਂ ਕਿਹੜੀਆਂ ਰੀਲਸ ਜਿਵੇਂ ਟੇਪ ਆਉਂਦੀ ਹੁੰਦੀ ਸੀਗੀ, ਉਸ ਤਰ੍ਹਾਂ ਦੀਆਂ ਇਹ ਰੀਲਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਿਹੜੀਆਂ ਮਈਅਰਮੈਂਟ ਵਾਲੀਆਂ ਰੀਲਸ ਆਉਂਦੀਆਂ ਉਸ ਤਰ੍ਹਾਂ ਦੀਆਂ ਹੁੰਦੀਆਂ। ਇਸਦੀ ਸਟੋਰੇਜ ਕਪੈਸਿਟੀ ਜ਼ਿਆਦਾ ਹੁੰਦੀ ਹੈ, ਘੱਟ ਕੋਸਟ ਜਿਹੜੀ ਹੈ ਘੱਟ ਹੁੰਦੀ ਹੈ, ਔਰ ਇਸਨੂੰ ਆਪਾਂ ਦੁਬਾਰਾ ਜਿਹੜਾ ਹੈ ਰੀਯੂਜ ਕਰ ਸਕਦੇ ਹੈਗੇ। ਨੈਕਸਟ ਤੁਹਾਡੀ ਆ ਜਾਂਦੀ ਹੈ ਆਪਟੀਕਲ ਸਟੋਰੇਜ। ਸੈਕਿੰਡ ਜਿਹੜਾ ਪਾਰਟ ਆ ਜਾਂਦਾ, ਪਹਿਲਾਂ ਬਣਿਆ ਮੈਗਨੈਟਿਕ ਸਟੋਰੇਜ ਆ ਗਿਆ, ਸੈਕਿੰਡ ਪਾਰਟ ਆ ਗਿਆ ਤੁਹਾਡਾ ਆਪਟੀਕਲ ਸਟੋਰੇਜ। ਇਹ ਸਟੋਰੇਜ ਕੀ ਹੈਗੀ ਹੈ, ਆਪਟੀਕਲ ਸਟੋਰੇਜ ਹੈ ਕਿ ਇਹ ਜਿਹੜੀ ਟੈਕਨੀਕ ਹੈ ਡਿਸਕ ਉੱਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ, ਯਾਨੀ ਕਿ ਮੈਗਨੈਟਿਕ ਸਟੋਰੇਜ ਤੋਂ ਜ਼ਿਆਦਾ ਜਿਹੜਾ ਹੈ ਡਾਟੇ ਨੂੰ ਸਟੋਰ ਕਰਕੇ ਰੱਖਦੀ ਹੈਗੀ ਹੈ। ਔਰ ਇਸਦੀ ਜਿਹੜੀ ਹੈ ਇਹ ਜ਼ਿਆਦਾਤਰ ਲੇਜ਼ਰ ਬੀਮ ਦੇ ਉੱਤੇ ਕੰਮ ਕਰਦੀ ਹੈਗੀ ਹੈ। ਇਸ ਵਿੱਚ ਆਪਾਂ ਜਿਹੜੀ ਹੈ ਚੱਕਰ ਵਾਲੀ ਡਿਸਕ ਨੂੰ ਯੂਜ਼ ਕਰਦੇ ਹਾਂ ਜਿਸ ਦੇ ਉੱਪਰ ਬਹੁਤ ਜਿਹੜੀ ਹੈ ਪਤਲੀ ਮਟੀਰੀਅਲ ਦੀ ਲੇਪ ਜਿਹੜਾ ਹੈ ਚੜਿਆ ਹੋਇਆ ਹੁੰਦਾ ਹੈ। ਡਾਟੇ ਨੂੰ ਪੜ੍ਹਨ ਦੇ ਲਈ ਅਜਿਹੀ ਲੇਜ਼ਰ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ ਜਿਹੜੀਆਂ ਕਿ ਲੈਂਸ, ਪ੍ਰਿਜ਼ਮ ਜਾਂ ਸ਼ੀਸ਼ੇ ਦੁਆਰਾ ਜਿਹੜੀਆਂ ਨੇ ਡਾਇਰੈਕਸ਼ਨ ਦਿੱਤੀ ਜਾਂਦੀ ਹੈ। ਇਸ ਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ ਨੇ, ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਂਦੀ ਹੈ ਕੰਪੈਕਟ ਡਿਸਕ, ਜਿਸਨੂੰ ਕਿ ਆਪਾਂ CD ਕਹਿੰਦੇ ਹਾਂ। CD ਕੀ ਹੈ, CD ਡਿਜੀਟਲ ਡਾਟੇ ਨੂੰ, ਜਿਹੜਾ ਡਿਜੀਟਲ ਡਾਟਾ ਹੁੰਦਾ ਹੈਗਾ ਉਸਨੂੰ ਸਟੋਰ ਕਰਨ ਦੇ ਲਈ ਯੂਜ਼ ਕੀਤੇ ਜਾਣ ਵਾਲੀ ਛੋਟੀ ਜਿਹੀ ਪਲਾਸਟਿਕ ਦੀ ਡਿਸਕ ਹੁੰਦੀ ਹੈ। ਆਮ ਤੌਰ 'ਤੇ ਇਹ ਆਡੀਓ ਸਿਸਟਮ ਦੇ ਲਈ ਤਿਆਰ ਕੀਤੀ ਜਾਂਦੀ ਹੈ। ਇਸਦੇ ਲਈ ਇਸਦਾ ਜਿਹੜਾ ਸਾਊਂਡ ਸਿਗਨਲ ਹੈਗਾ 1 ਸੈਕਿੰਡ ਦੇ ਵਿੱਚ 44,700 ਵਾਰ ਦੀ ਦਰ
ਨਾਲ ਡਾਟੇ ਨੂੰ ਸਟੋਰ ਕਰਦਾ ਹੈਗਾ। ਇਸ ਨੂੰ ਡਿਜੀਟਲ ਰੂਪ ਵਿੱਚ 12 ਸੈਂਟੀਮੀਟਰ ਦੀ ਜਿਹੜੀ ਡਿਸਕ ਹੈ, ਚੱਕਰ ਦੇ ਜਿਹੜੀ ਸੀਡੀ ਹੈ, 12 ਸੈਂਟੀਮੀਟਰ ਦੇ ਜਿਹੜਾ ਹੈ ਅਰਕ ਦੀ ਬਣੀ ਹੋਈ ਹੁੰਦੀ ਹੈ। ਇਹ ਪਾਲਿਸ਼ ਇਸਦੇ ਉੱਤੇ ਕੀਤੀ ਗਈ ਹੁੰਦੀ ਹੈ, ਔਰ ਜਿਹੜੀ ਇਹਦੇ ਉੱਤੇ ਪਰਤ ਹੁੰਦੀ ਹੈ ਉਸਦੇ ਉੱਤੇ ਮਾਈਕਰੋਸਕੋਪਿਕ ਪਿਟਸ ਜਿਹੜੀਆਂ ਨੇ ਲੱਗੀਆਂ ਹੋਈਆਂ ਹੁੰਦੀਆਂ ਨੇ, ਜਿਸਦੇ ਵਿੱਚ ਡਾਟੇ ਨੂੰ ਸਟੋਰ ਕੀਤਾ ਜਾਂਦਾ ਹੈਗਾ। ਡਿਸਕ ਦੇ ਉੱਪਰ ਇੱਕ ਟਰਾਂਸਪੇਰੈਂਟ ਪਰਤ ਹੁੰਦੀ ਹੈ, ਤਾਂ ਜਿਹੜੀ ਕਿ ਜਿਹੜੀ ਕਿ ਜਿਹੜੀ ਪਰਤ ਟਰਾਂਸਪੇਰੈਂਟ ਪਰਤ ਹੁੰਦੀ ਹੈ ਉਸਨੂੰ ਆਪਾਂ ਲੇਜ਼ਰ ਬੀਮ ਦੇ ਦੁਆਰਾ ਜਿਹੜਾ ਹੈਗਾ ਪੜ੍ਹ ਸਕਦੇ ਹਾਂ। ਆਮ ਤੌਰ 'ਤੇ ਕੋਈ ਵੀ ਜਿਹੜੀ ਹੈਗੀ ਹੈ ਸੀਡੀ ਹੈ 700 MB ਤੱਕ ਦੇ ਡਾਟੇ ਨੂੰ ਸਟੋਰ ਕਰਕੇ ਰੱਖ ਸਕਦੀ ਹੈਗੀ ਹੈ। ਇਸਦੇ ਕਈ ਜਿਹੜੇ ਨੇ ਫਾਇਦੇ ਨੇ ਕਿ ਇੱਕ ਤਾਂ ਇਹ ਜਿਹੜੀ ਸੀਡੀ ਹੈ ਸਮਾਲ ਸਾਈਜ਼ ਦੀ ਹੁੰਦੀ ਹੈ, ਮੂਵੇਬਲ ਹੁੰਦੀ ਹੈ, ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾ ਸਕਦਾ ਹੈ, ਇਹਨਾਂ ਜਿਹੜੀਆਂ ਨੇ ਘੱਟ ਖਰਾਬ ਹੁੰਦੀਆਂ ਨੇ। ਔਰ ਸੀਡੀ ਤੋਂ ਡਾਟਾ ਪੜ੍ਹਨ ਦੇ ਲਈ ਸਾਨੂੰ ਸੀਡੀ ਰੋਮ ਡਰਾਈਵ ਦੀ ਲੋੜ ਪੈਂਦੀ ਹੈ। ਸੈਕਿੰਡ ਤੁਹਾਡੇ ਕੋਲ ਆ ਜਾਂਦਾ ਹੈ ਸੀਡੀ ਰੋਮ। ਸੀਡੀ ਰੋਮ ਮਤਲਬ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ, ਯਾਨੀ ਕਿ ਇਸ ਤੋਂ ਭਾਵ ਹੈ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ। ਇਹ ਇੱਕ ਅਜਿਹੀ ਸੀਡੀ ਦੀ ਕਿਸਮ ਹੈ ਜਿਸ ਨੂੰ ਕੰਪਿਊਟਰ ਦੁਆਰਾ ਸੀਡੀ ਰੋਮ ਡਰਾਈਵ ਦਾ ਯੂਜ ਕਰਕੇ ਪੜ੍ਹਿਆ ਜਾ ਸਕਦਾ ਹੈਗਾ। ਸਿਰਫ ਇਹਦੇ 'ਚ ਆਪਾਂ ਰੀਡ ਕਰ ਸਕਦੇ ਹਾਂ, ਲਿਖ ਨਹੀਂ ਸਕਦੇ ਹੈਗੇ। ਇਸ ਵਿੱਚ ਕੰਪਿਊਟਰ ਪ੍ਰੋਗਰਾਮ, ਕੋਈ ਟੈਕਸ, ਕੋਈ ਵੋਇਸ, ਕੋਈ ਫੋਟੋਗ੍ਰਾਫ, ਵੀਡੀਓ, ਉਹ ਵੀ ਆਪਾਂ ਜਿਹੜਾ ਹੈਗਾ ਕਰ ਸਕਦੇ ਹਾਂ ਰੀਡ, ਨੋਟ ਰਾਈਟ। ਯਾਨੀ ਕਿ ਜਿਹੜੀ ਸੀਡੀ ਰੋਮ ਹੈ ਇਹ ਸਿਰਫ ਰੀਡ ਕਰਨ ਦੇ ਕੰਮ ਆਉਂਦੀ ਹੈਗੀ ਹੈ। ਅਗਲਾ ਆ ਜਾਂਦਾ ਸੀਡੀ ਆਰ, ਕੰਪੈਕਟ ਡਿਸਕ ਰਿਕਾਰਡੇਬਲ। ਇਸਦੇ ਵਿੱਚ ਤੁਸੀਂ ਜਿਹੜਾ ਹੈਗਾ ਰਿਕਾਰਡੇਬਲ ਕੀ ਹੈ ਕਿ ਇਸਦੇ ਵਿੱਚ ਡਾਟੇ ਨੂੰ ਸਿਰਫ ਇੱਕੋ ਹੀ ਵਾਰ ਲਿਖ ਸਕਦੇ ਹਾਂ। ਇਸ ਵਿੱਚ ਲਿਖੇ ਹੋਏ ਡਾਟੇ ਨੂੰ ਜੇ ਆਪਾਂ ਇੱਕ ਵਾਰ ਲਿਖ ਸਕਦੇ ਹਾਂ, ਲਿਖ ਲੈਂਦੇ ਹਾਂ ਤਾਂ ਮਿਟਾਇਆ ਆਪਾਂ ਉਸਨੂੰ ਇਰੇਜ਼ ਨਹੀਂ ਕਰ ਸਕਦੇ ਹੈਗੇ। ਨੈਕਸਟ ਆ ਜਾਂਦਾ ਹੈ CDRW, ਕੰਪੈਕਟ ਡਿਸਕ ਰੀਰਾਈਟੇਬਲ। ਯਾਨੀ ਕਿ ਤੁਸੀਂ ਇਸਦੇ ਵਿੱਚ ਡਾਟੇ ਨੂੰ ਵਾਰ ਵਾਰ ਲਿਖ ਸਕਦੇ ਹੋ, ਇਸ ਵਿੱਚ ਡਾਟੇ ਨੂੰ ਰਿਕਾਰਡ ਕਰ ਸਕਦੇ ਹੋ, ਮਿਟਾ ਸਕਦੇ ਹੋ, ਅਤੇ ਇਸਦੇ ਲਈ ਤੁਹਾਨੂੰ ਡਾਟਾ ਇਸਦੇ ਵਿੱਚ ਲਿਖਣ ਦੇ ਲਈ ਸੀਡੀ ਰਾਈਟਰ ਜਿਹੜਾ ਹੈ ਯੂਜ ਕੀਤਾ ਜਾਂਦਾ ਹੈ। ਨੈਕਸਟ ਤੁਹਾਡੀ ਇਹਦੇ ਵਿੱਚ ਆ ਜਾਂਦੀ ਹੈ DVD। DVD ਕੀ ਹੈ? ਜਿਹੜੀ ਹੈ ਡਿਜੀਟਲ ਵਰਸਟਾਈਲ ਡਿਸਕ, ਇਸਨੂੰ ਕਹਿੰਦੇ ਹਾਂ। ਇਸਦੀ ਜਿਹੜੀ DVD ਦੀ ਫੁੱਲ ਫਾਰਮ ਕੀ ਹੈ? ਡਿਜੀਟਲ ਵਰਸਟਾਈਲ ਡਿਸਕ ਹੈ। ਇਸ ਵਿੱਚ CD ਤੋਂ ਵੱਧ ਜਿਹੜੀ ਇਹ CD ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਇੰਪਰੂਵਡ ਕੁਆਲਿਟੀ ਹੈਗੀ ਹੈ। ਇਸਦੇ ਵਿੱਚ ਆਪਾਂ CD ਤੋਂ ਜ਼ਿਆਦਾ ਡਾਟੇ ਨੂੰ ਸਟੋਰ ਕਰਕੇ ਰੱਖ ਸਕਦੇ ਹੈਗੇ ਹਾਂ। ਇੱਕ DVD ਦੇ ਵਿੱਚ ਆਮ ਤੌਰ 'ਤੇ 4.7 GB ਡਾਟੇ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈਗਾ। ਔਰ DVD ਨੂੰ ਚਲਾਉਣ ਦੇ ਲਈ ਤੁਹਾਨੂੰ DVD ਪਲੇਅਰ ਦੀ ਲੋੜ ਪੈਂਦੀ ਹੈਗੀ ਹੈ। ਔਰ ਇਸਦੀ ਜਿਹੜੀ ਕੁਆਲਿਟੀ ਹੈ CD ਨਾਲੋਂ ਵਧੀਆ ਹੁੰਦੀ ਹੈਗੀ ਹੈ, ਕਿਉਂਕਿ ਇਹ ਡਾਟੇ ਨੂੰ ਜਾਂ ਟਰੈਕ, ਕੋਈ ਵੀ ਟਰੈਕ ਦੇ ਉੱਤੇ ਚੀਜ਼ ਲਿਖੀ ਹੋਈ ਹੈ ਉਸਨੂੰ ਪੜ੍ਹਨ ਦੇ ਲਈ ਕਾਹਦਾ ਯੂਜ ਕਰਦੀ ਹੈ? ਲੇਜ਼ਰ ਦਾ, ਠੀਕ ਹੈ। ਨੈਕਸਟ ਆ ਜਾਂਦਾ ਤੁਹਾਡਾ DVD ਰੋਮ। DVD ਰੋਮ ਕੀ ਹੈ ਕਿ ਇਸਦੀ ਸਟੋਰੇਜ ਜਿਹੜੀ ਕਪੈਸਿਟੀ ਹੈ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ। DVD ਰਿਕਾਰਡ ਕਰਨ ਲਈ ਛੋਟੇ ਜਿਹੜੇ ਨੇ ਸਪੋਟਸ ਦਾ ਇਹ ਯੂਜ਼ ਕਰਦੀ ਹੈ। ਔਰ ਇਹ ਡਿਸਕ ਦੋ ਜਿਹੜੀਆਂ ਨੇ ਪਰਤ, ਯਾਨੀ ਕਿ ਡਬਲ ਜਿਹੜੀ ਲੇਅਰਸ, ਔਰ ਦੋਨੋਂ ਪਾਸੇ ਵਾਲੀਆਂ ਉਹ ਜਿਹੜੀ DVD ਰੋਮ ਹੈ 2-sided ਹੁੰਦੀਆਂ ਨੇ। ਹਰ ਪਰਤ ਜਿਹੜੀ, ਹਰ ਜਿਹੜੀ ਇਹਦੀ ਆਪਾਂ ਕਹਿ ਸਕਦੇ ਹਾਂ ਕਿ ਲੈਵਲ ਹੈ ਜਾਂ ਹਰ ਜਿਹੜੀ ਸਲਾਈਡ ਹੈ ਉਸਦੇ ਵਿੱਚ 4.7 ਡਾਟਾ ਆਪਾਂ ਸਟੋਰ ਕਰ ਸਕਦੇ ਹੈਗੇ ਹਾਂ। ਯਾਨੀ ਕਿ ਡਬਲ ਡਾਟਾ ਇਹਦੇ ਵਿੱਚ ਸਟੋਰ ਕੀਤਾ ਜਾਂਦਾ ਹੈ, ਅਤੇ ਇਸਦੇ ਵਿੱਚ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਸ ਵਿੱਚ ਰਿਕਾਰਡ ਕਰਨ ਦੀ ਡਾਟੇ ਨੂੰ ਪੋਸੀਬਿਲਿਟੀ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਜਿਹੜੀਆਂ ਡਬਲ ਜਿਹੜੀਆਂ ਨੇ ਇਹ ਫਲਾਈਟ ਦੀਆਂ ਦੋਨੋਂ ਪਾਸੇ ਸਟੋਰ ਕਰਨ ਵਾਲੀਆਂ ਜਿਹੜੀਆਂ ਸੀਰੀਜ਼ ਹੁੰਦੀਆਂ ਨੇ DVDs, ਇਹਨਾਂ ਦੇ ਵਿੱਚ ਆਪਾਂ ਤਕਰੀਬਨ 18 GB ਜਿਹੜਾ ਹੈਗਾ ਡਾਟੇ ਨੂੰ ਸਟੋਰ ਕਰ ਸਕਦੇ ਹਾਂ। ਹੁਣ ਇਹ ਤੁਹਾਡਾ ਆ ਗਿਆ ਜਿਹੜਾ ਕੁਸ਼ਚਨ ਸੀਗਾ, ਇਹ ਇੱਕ ਕੁਸ਼ਚਨ ਸੀਗਾ ਤੁਹਾਡਾ ਵੀ ਜਿਹੜੀ ਸੈਕੰਡਰੀ ਡਿਵਾਈਸਿਸ ਕੀ ਹੁੰਦੀਆਂ ਨੇ ਤੇ ਸੈਕੰਡਰੀ ਡਿਵਾਈਸਿਸ ਦੀਆਂ ਕੁਝ ਕਿਸਮਾਂ ਕਿਹੜੀਆਂ ਨੇ। ਪਰ ਇਹਨਾਂ ਤੋਂ ਇਲਾਵਾ ਜਿਹੜੀਆਂ ਅੱਜ ਕੱਲ ਮਾਡਰਨ ਟਾਈਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਡਿਵਾਈਸਿਸ ਯੂਜ਼ ਹੁੰਦੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ, ਇਹ ਅਲੱਗ ਅਲੱਗ ਕਰਨੀਆਂ ਆਪਾਂ ਨੇ। ਫਸਟ ਹੈ ਜਿਪ ਡੈਕਸ, ਜਿਪ ਡਿਸਕ, GD ਜਿਸਨੂੰ ਕਹਿੰਦੇ ਆ। ਇਹ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਕਿ CD ਜਾਂ DVD ਦਾ ਸੁਧਰਿਆ ਹੋਇਆ ਰੂਪ ਹੈਗਾ। ਜਿਪ ਡਿਸਕ ਜਿਹੜੀ ਹੈ ਆਕਾਰ ਦੇ ਵਿੱਚ, ਦੇਖਣ ਦੇ ਵਿੱਚ ਕਿਹੜੀ ਹੈ, ਫਲੋਪੀ ਡਿਸਕ ਦੀ ਤਰ੍ਹਾਂ ਹੁੰਦੀ ਹੈ, ਪਰ ਇਹ ਉਸਦੇ ਨਾਲੋਂ ਥੋੜ੍ਹੀ
थिक हुंदी हैगी है, इसनों आपां सुपर फ्लॉपी भी कहने हैं, यानी कि जिप डिस्क का जिहड़ा दूजा नाम हैगा है, वो सुपर फ्लॉपी हैगा है। इस दे विच जिहड़ी है ज्यादा जिहड़ी है मैनुफैक्चरिंग पावर, पढ़न लिखन वाले जिहड़े रीडिंग एंड राइटिंग जिहड़े हैड ने, वो ज्यादा स्टोर करन दी जिहड़ी कैपेसिटी है वो ज्यादा हुंदी है। पहली जिहड़ी जिप डिस्क सीगी उहदे विच सिर्फ आपां 100 MB के करीब डाटे नूं स्टोर कर सकते सी, लेकिन अजकल जिहड़ी जिप डिस्क आंदी है उहनां दे विच तकरीबन 750 MB तों ज्यादा आपां डाटे नूं स्टोर कर सकते हैं। इस दे फायदे की है, तुसीं जिन्नी बार चाहे डाटे नूं इहदे विच जिप डिस्क दे विच जिन्नी बार चाहे वी डाटे नूं पढ़ सकते हो ते लिख सकते हो, यानी कि ये रीड और राइटेबल दोनों हैगी है। ये ट्रांसफरेबल है, भाव तुसीं इस नूं किसी भी थां ते जाके किसी भी यूज कर सकते हैं। इस विच किसी भी जड़ा है पीसी दे विच इस नूं फॉर्मेट किया जा सकता है। यही जड़ा है बहुत घट जड़ा है कॉस्ट वाला स्टोरेज डिवाइस है। नेक्स्ट तड़ा आ जाता है पेन ड्राइव। पेन ड्राइव तो तुसी सारे यूज करते हैं हो, यूएसबी फ्लैश ड्राइव जड़ी हैगी है दे विच जड़ा है डाटे नूं ट्रांसफरेबल जड़ा करन वास्ते सॉलिड स्टेट मेमोरी डिवाइस है जिहड़ी कि कंप्यूटर दे यस यूएसबी पोर्ट दे उत्ते लगदी है। यूएसबी दी फुल फॉर्म की है यूनिवर्सल सीरियल बस। इसनों आपां की ड्राइव भी कहने हैं, पॉकेट ड्राइव भी कहने हैं, थंब ड्राइव भी कहने हैं, जां पेन ड्राइव भी कहने हैं। अजकल इसका जिहड़ा यूज है बहुत ज्यादा हुंदा है। फाइलां नूं इक थां तों दूजी थां ते लैके जाण लई इसदी वरतों कीती जाती हैगी है। ये छोटे छोटे ड्राइव डाटे नूं फ्लैश मैमरी माइक्रोचिप दे विच स्टोर करता है, यानी कि फ्लैश मैमरी नूं कुछ जिहड़ियां भी फ्लैश मैमरी दे विच डाटा हुंदा है उसनों कुछ एक फिक्स टाइम दे विच आपां लिख सकते हाँ मिटा सकते हैगे हाँ। और इसकी जिहड़ी स्टोरेज कैपेसिटी हैगी है वो जिहड़ी हैगी है 16 MB तो लैके 8 GB तक दी हो सकती हैगी है पेन ड्राइव दी। ते इसदे फायदे की है, ये डाटे नूं एक थां ते दूजी थां ते लिजाण दा सब तों सस्ता साधन है। ये सस्ता जिहड़ा हैगा है सस्ता साधन है ते हर जिहड़ा कस्टमर है इसनूं आसानी नाल खरीद सकता है। इसकी स्टोरेज कैपैसिटी ज़्यादा होंगी है, ये जिहड़ा लाइट वेटेड होंगे है जेब दे विच जां पर्स दे विच पा के आप किसी भी ले जा सकते हैं। कंप्यूटर तो पेन ड्राइव दे विच डाटे नूं ट्रांसफर करना सौखा होंगे। नेक्स्ट थर्ड आ जाता है फ्लैश मेमोरी कार्ड। ये सारे जड़े ने जिप ड्राइव, पेन ड्राइव, फ्लैश मेमोरी कार्ड, ये सारे साढ़े मॉडर्न कंसेप्ट ऑफ स्टोरेज ने। फ्लैश मेमोरी कार्ड की है, फ्लैश मेमोरी कार्ड PDA पर्सनल डिजिटल असिस्टेंस जड़े है, डिजिटल कैमरा, MP3, म्यूजिक प्लेयर इन्हों के यूज किए जाते हैं। इन्हों कार्डा के उत्ते डाटा लिखना या डाटे पढ़न के लिए तुसी अपने कंप्यूटर के नाल फ्लैश मेमोरी कार्ड रीडर लगा सकते हो, जिस दे नाल कि आपां जिहड़ा हैगा है आपां डाटे नूं इनफॉर्मेशन नूं किसी भी तरह की जिहड़ी है आपां रिसोर्सिज नूं यूज कर सकते हैं। हुण आपां ने हार्ड डिस्क भी कर ली, फ्लॉपी डिस्क भी कर ली। नेक्स्ट साडा क्वेश्चन आ जाता है डिफरेंस बिटवीन हार्ड डिस्क एंड फ्लॉपी डिस्क। हार्ड डिस्क ते फ्लॉपी डिस्क दे विच की डिफरेंस हैगा है। हार्ड डिस्क की है कि हैवी हुंदी हैगी है, फ्लॉपी डिस्क की है लाइट हुंदी है। हार्ड डिस्क की जिहड़ी स्टोरेज कैपैसिटी है वो ज्यादा हुंदी है, यानी कि इहदे विच 40 GB तो 80 GB तक डाटे नूं स्टोर किया जा सकता है। तो फ्लॉपी डिस्क की जिहड़ी स्टोरेज कैपैसिटी है वो घट हुंदी है, इसदे विच सिर्फ 1.44 MB तक के डाटे की स्टोरेज कैपैसिटी हुंदी है। जिहड़ा फ्लॉप हार्ड डिस्क के विच डाटा स्टोर किया जाता है वह रिलायबल हुंदा हैगा है, जबकि जिहड़ा फ्लॉपी डिस्क जिहड़ा हैगा ये घट जिहड़ा है रिलायबल हुंदा है। हार्ड डिस्क कॉस्टली होंगी है, फ्लॉपी डिस्क कॉस्टली नहीं होंगी, यानी कि सस्ती होंगी है। जिहड़ी हार्ड डिस्क है वह जिहड़ी है चेंजेबल नहीं होंगी हैगी, क्योंकि यह CPU के अंदर फिक्स की होंगी है, इसनों आप एक जगह तो दूजी जगह पर नहीं ले जा सकते हैं। लेकिन फ्लॉपी डिस्क है यह हल्की होंगी है, इसनों तुसी कंप्यूटर दे विच आपां जे एक कंप्यूटर तो दूजे कंप्यूटर तक लैके जाना है तो USB पोर्ट तो कट के आप कितने भी जो है लैके जा सकते हैं। इस विच डाटा जो हार्ड डिस्क डाटे को एक्सैस करने के जोड़ा है घट समा लगता है, तो जोड़ा है फ्लॉपी डिस्क जोड़ा है डाटा एक्सैस करने के बहुत ज़्यादा टाइम लगता है।